ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਤੇ ਸਵਾਤਿ ਅੱਜ ਦੇ ਆਪ ਬਣੀ ਲਗੇ ਸ਼ੇਮੀ ਪਟਾੜੇ ਸ਼ਹੀ ਪੱਗ ਜਿਹੜੇ ਤੋਂ 7 ਮੀਟਰਾ ਕਪੜਾ ਜਿਹੜਾ ਆਪਾਂ ਫੁੱਲ ਬਲ ਵਾਤੇ ਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸੜਦੇ ਸੈਟਰ ਚੋਂ ਲਿਆ ਕੇ ਲੜ ਨੂੰ ਪੂਰੀ ਦਾ ਖਦਫਾ ਤੇ ਥੱਲੇ ਲਾ ਕੇ ਬਾਦ ਵਸੋ ਤੇਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਤੋਂ ਖਿੱਚ ਕੇ ਤੇ ਫਿਰ ਡਬਲ ਜਿਹੜਾ ਇੱਕ ਵਾਰ ਲੜ ਨੂੰ ਫੋ ਲਗਾਣਾ ਤੇ ਫੋੜ ਕਰਕੇ ਤੇ ਅਖ ਲੋ ਵੀ ਜਿਹੜਾ ਆਪਾਂ ਹਲਕੇ ਲੜ ਨੂੰ ਵੋਲਡ ਕਰਕੇ ਮਟਾਈ ਕੇ ਕਰਕੇ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪੈਂਚ ਕਰਕੇ ਪੁਣੀ ਦਾ ਖੋਦ ਬੰਦਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪਲਿਆਂ ਜੋ ਪਹਿਲੇ ਪਲਿਆਂ ਜਿਆਦਾ ਖੋਲ ਲੈਣਾ ਦੂਜੇ ਪਲਿਆਂ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਵੋਲ ਲਗਾਣਾ ਹੈ ਵੋਲਡ ਕਰਕੇ ਤੁਹੋ ਤੋਇੜਾ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਥੱਲੇ ਉਹ ਜਿਹੜਾ ਲੜਨ ਨੂੰ ਡਬਲ ਹੋਲਡ ਕਰਕੇ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਤੇ ਉਹ ਫਾਂਸੜਿਆ ਪੋ ਸੈਟ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਨਾਲ ਦੀ ਨਾਲ ਬਾਹਰ ਫੇੜ ਕੇ ਉਹਦੀ ਸਫਾਈ ਕਰਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਸਕਦੇ ਹੋ ਤੇ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਆਨ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੂ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਨ ਉਹ ਸਾਡੇ Facebook ਪੇਜ ਨੂੰ ਫੋਲੋ ਜੂ ਕਰਦੇ ਤੇ ਵੀਡੀਓ ਬੱਤ ਵਾਰ ਸ਼ੇਅਰ ਜੂ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਸ਼ੈਮੀ ਪੱਟੇ ਨਾਲ ਸ਼ਾਈ ਪੱਗ ਬੰਨਣ ਨੂੰ ਚ ਕੋਈ ਪਰੰਦਮ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪਰੰਦਮ ਰਿਚੀਸ਼ਨ ਕਰ ਲੈਣ ਤੇ ਜਿਹੜਾ ਪੱਗ ਲੜ ਵੀ ਉਸੇ ਤਰੀਕੇ ਨਾਲ ਲਗਾਣਾ ਹੈ ਤੇ ਜਿੱਥੇ ਆਪਾਂ ਉੱਤਰ ਦੂਜਾ ਲੜ ਲਈ ਸੀ ਉੱਤੇ ਉੱਤੋਂ ਆ ਜਿਹੜੇ ਆਪਣੇ ਸਿਰ ਦੇ ਉੱਤੇ ਉੱਪਰੋਂ ਜਿਹੜਾ ਆਪਣਾ ਲੜ ਲਈ ਸੀ ਉਹਦੇ ਉੱਤੇ ਆ ਕੇੜਾ ਪੱਲੜ ਨੂੰ ਡਬਲ ਫੋਲਡ ਕਰਕੇ ਤੇ ਆਪਣਾ ਉਹਦਾ ਫਾਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਜ ਫੇੜ ਕੇ ਤੇ ਲੜਾਈ ਸਫਾਈ ਕਰ ਲੈਣੀ ਤੇ ਉਹ ਉਹ ਵਿੱਚ ਉਹਨਾਂ ਦਾ ਫਾਂੜੜਾ ਪਾਓ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਬਾਏ ਫੇੜ ਕੇ ਲੜਾਈ ਸਫਾਈ ਕਰ ਲੈਣੀ ਹੈ ਜੇ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੋਦ ਬਸ ਹੱਥਲੇ ਰੱਖ ਕੇ ਬੰਦ ਵਜੋ ਤਰਾ ਕੇ ਦੋ ਹੀ ਪੱਲੇ ਜਿਹੜੇ ਪੱਲੇ ਪੱਲੇ ਨੂੰ ਅੱਖ ਤੱਕ ਜਿਆਦਾ ਖੋਲ ਲੈਣਾ ਹੈ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਚਾਰ ਉਂਗਲੀਆਂ ਦਾ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਗੁੱਠੇ ਦੀ ਉਂਗੂਠੇ ਨਾਲ ਜਿਹੜਾ ਪੰਦਰ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਹੈ ਦੱਬ ਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਹੈ ਹੱਥ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਲੜਨ ਨੂੰ ਸਾਫ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਇਹਨੇ ਆਪਣੇ ਵਾਲ ਨੇ ਉਹ ਆਪਾਂ ਕੱਢ ਲੈਣੇ ਤੇ ਲੜਾਂ ਦੀ ਜਿਹੜੀ ਮੋਟਾਈ ਆ ਉਹ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਰਹੇ ਜੀ ਤਾਂ ਉਹਦੇ ਉੱਤੇ ਵਾਣਾ ਪ੍ਰੈਸ ਕਰਕੇ ਜਿਹੜੀ ਆਪਾਂ ਮੋਟਾਈ ਉਹ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਬਾਕੀ ਪੱਕ ਦੀ ਵੀਡੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ। ਜੁੱਤੇ ਇਹ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਗ ਤੋਂ ਪਿੰਚ ਕਰਕੇ ਤੇ ਉੱਤੋਂ ਜਿਹੜਾ ਲੜਨ ਨੂੰ ਚਾਰਾਂ ਉਂਗਲੀਆਂ ਤੇ ਸੈਟ ਕਰ ਲੈਣਾ ਤੇ ਜਿੱਥੇ ਆਪਾਂ ਪਹਿਲਾਂ ਲਾਈ ਸੀ ਉਹਦੇ ਉੱਤੇ ਰੱਖ ਕੇ ਜਿਹੜਾ ਲੜਨ ਨੂੰ ਚਾਰਾਂ ਉਂਗਲੀਆਂ ਥੱਲੇ ਰੱਖ ਕੇ ਉਹ ਤਾਂ ਆਪਾਂ ਜਿਹੜਾ ਆਪਾਂ ਫਿਰ ਤਾਂ ਜਿਹੜਾ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਨਾਲ ਦੀ ਨਾਲ ਉੱਤੋਂ ਜਿਹੜੇ ਚਾਰ ਉਂਗਲੀਆਂ ਸਫਾਈ ਕਰ ਲੈਣੀਆਂ ਤੇ ਨਾਲ ਦੀ ਨਾਲ ਫਾਸਲਾ ਵੀ ਜਿਹੜਾ ਪਾ ਚਾਰ ਉਂਗਲੀਆਂ ਸੈਟ ਕਰ ਲੈਣੀਆਂ ਸੈਟ ਕਰ ਲੈਣੇ ਤੇ ਉਹਦੀ ਮੋਟਾਈ ਵੀ ਜਿਹੜੇ ਉੱਤੋਂ ਲੜਦੀ ਚੰਗੀ ਤਰ੍ਹਾਂ ਚਾਰ ਉਂਗਲੀਆਂ ਸਟਕਾਣੀ ਹੈ ਤੇ ਫਿਰ ਆਪਾਂ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਬੈਗ ਤੱਕ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਲੜ ਲੰਘਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੋਲਦਾ ਬਸ ਸੱਲਾ ਕੇ ਬੰਦ ਪਾਸਾ ਉਤਰਾ ਕੇ ਦੋ ਹੀ ਪੱਲੇ ਜੋ ਜਿਹੜੇ ਪੱਲੇ ਪਲੇ ਜਿਆਦਾ ਖੋਲ ਲੈਣਾ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸਾ ਨਾਲ ਜੋੜ ਕੇ ਤਾਂ ਜਿਹੜਾ ਆਪਣਾ ਉਹ ਆਪਣਾ ਡੂੰਗਾ ਉਹ ਕਵਰ ਹੋ ਸਕੇ ਤੇ ਫਿਰ ਜਿਹੜਾ ਲੜ ਨੂੰ ਬੈਗ ਤੋਂ ਚਾਗੀ ਤਰ੍ਹਾਂ ਸੈਟ ਕਰਨਾ ਹੈ ਸੈਟ ਕਰਕੇ ਤੇ ਉੱਤੋਂ ਵੀ ਜਿਹੜਾ ਲੜ ਦਾ ਆਪਾਂ ਜਿੰਨਾ ਫਾਂ ਰੱਖਿਆ ਉਹਨਾਂ ਦਾ ਆਹ ਵਾਲੇ ਲੜ ਦਾ ਵੀ ਉੱਤੋਂ ਜਿਹੜਾ ਫਾਸਲਾ ਬਾਕੀ ਲੈਣਾਂ ਦੇ ਬਰਾਬਰ ਕਰ ਲੈਣਾ ਤੇ ਬਾਕੀ ਲੜਾਂ ਦੇ ਬਰਾਬਰ ਕਰਕੇ ਤੇ ਚਾਰੋਂ ਉਂਗਲੀਆਂ ਸੈੱਟ ਕਰਕੇ ਤੇ ਅੱਖ ਤੱਕ ਹੋਲ ਕਿਹੜਾ ਲੜ ਨੂੰ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਨੱਕ ਜਿਹੜਾ ਆਪਾਂ ਫੋਲਡ ਕਰਨਾ ਹੈ ਲੜ ਨੂੰ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਚੱਕੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਆਪਾਂ ਸੈੱਟ ਕਰਕੇ ਜਿਹੜਾ ਛੇਵੇਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਕਰਕੇ ਮੈਨੂੰ ਕਹੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਯੂ ਕਰਿਓ ਤੇ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਵਿੱਚ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰ ਲੈਣੀ ਹੈ ਤੇ ਬਾਕੀ ਪੱਕ ਦੀ ਵੀਡੀਓ ਆਪਾਂ ਸ਼ੜੀ ਕੋ ਨਾਲ ਦੀ ਨਾਲ ਕਰੀਆਂ ਨਹੀਂ ਹੈ तो जड़े अपने लड़ा का फसल जरा बाकी लड़ा ने बराबर कर लेना है जेड़ा पग पे लगाना नकली ही पग पे लगाना जिथे आप छेव लड़ करी। वो तो थोड़ा जहां गां कर जरा पग पे लोड करके लगाना है ਤੇ ਜਿਹੜੇ ਆਪਾਂ ਉੱਥੋਂ ਛੇਮਾ ਫੋਟ ਜਿੱਥੋਂ ਆਪਾਂ ਛੇਮਾ ਲੜ ਫੋਟ ਕਰੇ ਜਿਹੜੇ ਉੱਤੇ ਵਾਲ ਆ ਰਹੇ ਨੇ ਪਹਿਲਾਂ ਆਪਾਂ ਉਸ ਨੂੰ ਅ ਉਂਗਲੀ ਤੇ ਗੁੱਠ ਨਾਲ ਜਿਹੜਾ ਆਪਾਂ ਥੱਲੇ ਵਾਲ ਖਿੱਚਣਾ ਹੈ ਖਿੱਚ ਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਿਓ ਕੱਢ ਲੈਣੇ ਹਨ ਤੇ ਕੱਢ ਕੇ ਤੇ ਜਿਹੜੇ ਆਪਣੇ ਲੜ ਲਾਉਣ ਤੋਂ ਬਾਅਦ ਜਿਹੜੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਕੱਢ ਸਕਦੇ ਹਾਂ ਜਿਹੜਾ ਆਪਾਂ ਕਲਗੀ ਲੜਾ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜੇ ਲੜ ਨੂੰ ਬੈਗ ਤੋਂ ਜਿਹੜਾ ਹਲਕਾ ਜਿਹਾ ਪਿੰਚ ਕਰਾਂਗੇ ਪਿੰਚ ਕਰਕੇ ਇੱਥੇ ਫੇਰ ਆਪਾਂ ਨੂੰ ਅੱਖ ਲੜ ਨੂੰ ਅੱਖ ਅੱਖ ਲਵੇਂ ਤੋਂ ਉੱਤੋਂ ਜਿਹੜਾ ਹਲਕਾ ਲਗਾ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੇ ਜਿਹੜੇ ਵਾਲ ਨੇ ਉਹਨਾਂ ਨੂੰ ਆਪਾਂ ਬਾਹਰ ਨਾ ਕੱਢ ਗਏ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਿਓ ਕੱਢ ਗਏ ਤੇ ਲੜ ਨੂੰ ਸਾਫ਼ ਕਰ ਲੈਣਾ ਬੈਗ ਤੋਂ ਜਿਹੜਾ ਲੜ ਨੂੰ ਚੜਾਈ ਤੋਂ ਲੈ ਕੇ ਆਉਣਾ ਹੈ ਤੇ ਮੂੜੇ ਲਿਆ ਜਿਹੜੇ ਬਈ ਚੜਾਈ ਘਟਾ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਿਓ ਕੱਢ ਗਏ ਤੇ ਆਪਾਂ ਜਿਹੜਾ ਲੜ ਨੂੰ ਪੱਗ ਪੈਂਦੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਫੋੜ ਕਰ ਦੇਣਾ ਹੈ ਤੇ ਫਰੰਟ ਵੱਲ ਨੂੰ ਫੋੜ ਕਰਕੇ ਤੇ ਜਿੰਨੇ ਤੁਸੀਂ ਉਹ ਚੀਜ਼ ਜਿੰਨੇ ਤੁਸੀਂ ਇਹ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੇ ਉਹਦੀ ਚੜਾਈ ਰੱਖ ਕੇੜਾ ਲੜ ਨੂੰ ਇੱਕ ਵਾਰ ਉੱਤੇ ਦੱਬ ਦੇਣਾ ਹੈ ਜੇ ਤੁਹਾਡਾ ਲੜ ਉੱਤੇ ਕੱਟ ਕਟਿਆਦਾ ਹੈ ਤੁਸੀਂ ਇੱਕ ਇਹ ਦੋ ਪੱਗ ਮਿਹੜੇ ਲੜ ਨੂੰ ਉੱਤੇ ਟਪਕਾਉਣ ਵਾਸਤੇ ਲਗਾ ਸਕਦੇ ਹੋ ਜਿਹੜਾ ਆਪਾ ਸਟੈਕਣਾ ਸੀਗਾ ਜਿਹੜਾ ਆਪਾਂ ਪਲਣ ਨਹੀਂ ਛੱਡਦੇ ਸੈਂਟਰ 'ਚੋਂ ਆਪਾਂ ਬੈਗ ਤੋਂ ਖਿੱਚ ਗਏ ਚੱਗੀ ਤਰ੍ਹਾਂ ਚਾਲੋ ਪਾਸੇ ਨੂੰ ਫਲਾ ਕੇ ਜਿਹੜਾ ਆਪਾਂ ਸੈਡ ਕਵਰ ਕਰਨਾ ਹੈ ਤੇ ਚਾਰੋਂ ਉਂਗਲੀਆਂ ਜਿਹੜਾ ਆਪਾਂ ਉਂਗਲੀਆਂ ਜਿਹੜਾ ਆਪਾਂ ਸੈਡ ਕਵਰ ਕਰਨਾ ਹੈ ਤੇ ਨਾਲ ਦੀ ਨਾਲ ਬਾਜ ਫੇਰ ਕੇ ਜਿਹੜਾ ਆਪਣਾ ਸੈਡ ਕਵਰ ਕਰ ਲੈਣਾ ਹੈ ਬੈਗ ਦਾ ਲੜ ਲਗਾਉਣਾ ਅਧਰ ਜਗਤ ਦਾ ਹੋਵੇ ਬੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ